ਮੈਨੂੰ ਕਈ ਬੰਦੇ ਸਾਡੇ ਵਿੱਚ ਵਿਚਾਲੇ ਕਨੈਕਸ਼ਨ ਹੁੰਦੇ ਸੀ ਵੀ ਸਾਨੂੰ ਪਤਾ ਲੱਗਦਾ ਰਹਿੰਦਾ ਸੀਗਾ ਵੀ ਐਂ ਕਰਕੇ ਵੀ ਯਾਰ ਡਰੇਕ ਨੂੰ ਤੇਰੇ ਬਾਰੇ ਪਤਾ ਉਹ ਤੇਰਾ ਮਿਊਜ਼ਿਕ ਦੇਖਦਾ ਵੀ ਹੈ ਸੁਣਦਾ ਵੀ ਹੈ ਮੈਨੂੰ ਮੈਨੂੰ ਐਂ ਲੱਗਦਾ ਹੁੰਦਾ ਮੈਂ ਵੀ ਠੀਕ ਆ ਯਾਰ ਵੀ ਹੋ ਸਕਦਾ ਵੀ ਮੈਨੂੰ ਯਕੀਨ ਨਹੀਂ ਆਇਆ ਤੇ ਮੈਂ ਸਾਲ ਕੁ ਪਹਿਲਾਂ ਨਾ ਮੈਂ ਉਹੀ ਮਹਾਂ ਯਾਰ ਕੋਈ ਦਿੱਕਤ ਨਹੀਂ ਅਗਲੇ ਸਾਲ ਤੇ ਮੈਨੂੰ ਜਦੋਂ ਮੈਂ ਫੋਲੋ ਕੀਤਾ ਮੈਂ ਵਾਲੀਬਾਲ ਖੇਡ ਰਿਹਾ ਸੀ ਭਾਈ ਪਿੰਡ ਲਈ ਤੇ ਮੈਨੂੰ ਸਾਰੇ ਜਿੰਨੇ ਆਸੇ ਪਾਸੇ ਖੜੇ ਨਾ ਕਿੱਡ ਹੋਣੀ ਕਿੱਡ ਮਿਊਜ਼ਿਕ ਪ੍ਰੋਡਿਊਸਰ ਹੈ ਜਿਹੜਾ ਆਪਣਾ ਕਿੱਡ ਵਰਗੇ ਸੀ ਹਨਾ ਮੈਂ ਕੀ ਗੱਲ ਹੋ ਗਈ ਕਹਿੰਦੇ ਕੁਛ ਨੀ ਬਾਈ ਉਹ ਆਪਸ ਗੱਲ ਸੀ ਤੁਸੀਂ ਖੇਡੋ ਜਦੋਂ ਮੈਂ ਘਰੇ ਆਇਆ ਤੇ ਮੈਨੂੰ ਨਾ ਉਹਨੇ ਫੋਨ ਕੱਢ ਕੇ ਮੈਨੂੰ ਫੋਨ ਦਿਖਾਤਾ ਜੀ ਮੈਨੂੰ ਉਦਣ ਯਕੀਨ ਹੋਇਆ ਮੈਨੂੰ ਉਦਣ ਤਾਂ ਜਮੀ ਹਾਲਾਤ ਚੋਂ ਹੀ ਨਿਕਲਦੀ ਹੈ ਜੀ ਹਨਾ ਜਦੋਂ ਜਦੋਂ ਬੰਦਾ ਕੰਫਰਟੇਬਿਲਟੀ ਜ਼ੋਨ ਦੇ ਵਿੱਚ ਹੁੰਦਾ ਤਾਂ ਉਹਦੀ ਕ੍ਰੀਏਟੀਵਿਟੀ ਵੀ ਮੁੱਕ ਜਾਂਦੀ ਹੈ ਹਨਾ ਤੇ ਮੈਨੂੰ ਕਦੇ ਅਸੀਂ ਅਸੀਂ ਇਹ ਵੀ ਸੋਚਦੇ ਹੁੰਦੇ ਸੀ ਵੀ ਯਾਰ ਅਲੱਗ ਕਾਹਤੋਂ ਰਹਿਣਾ ਪੈਂਦਾ ਜਦੋਂ ਆਪਾਂ ਬਹੁਤੇ ਬੰਦਿਆਂ ਨਾਲ ਬਹੁਤੇ ਕਲਾਕਾਰਾਂ ਨਾਲ ਮੀਟਿੰਗਾਂ 'ਚ ਵੀ ਬੈਠਣ ਲੱਗ ਜਾਂਦੇ ਹਾਂ ਬਾਈ ਉਹ ਵੀ ਕੰਮ ਖਰਾਬ ਹੀ ਹੁੰਦਾ ਜੀ ਹਨਾ ਉਦੋਂ ਵੀ ਤੁਹਾਡੀ ਕ੍ਰੀਏਟੀਵਿਟੀ ਉਹ ਲੈਵਲ ਨਹੀਂ ਰਹਿੰਦਾ ਹਨਾ ਡਿਫਰੈਂਸ ਯਾਨੀ ਕਿ ਜਦੋਂ ਆਪਾਂ ਇੱਕੋ ਜਿਹੇ ਹੋ ਜਾਂਦੇ ਹਾਂ ਫਿਰ ਬੰਦਾ ਕਹਿੰਦਾ ਵੀ ਯਾਰ ਹਨਾ ਵੀ ਮੇਰੇ ਤੇ ਇਹਨਾਂ ਦੇ ਵਿੱਚ ਕੋਈ ਫਰਕ ਹੀ ਰਿਹਾ ਜਦਕਿ ਇਹ ਚੀਜ਼ ਜ਼ਰੂਰੀ ਹੈ ਇੱਕ ਯਾਨੀ ਕਿ ਜਿਹੜਾ ਇੱਕ ਗਾਣਾ ਸੀਗਾ ਰੂਹ ਹਨਾ ਵੀ ਉਹ ਕਿੰਨੀ ਨੈਕਸਟ ਲੈਵਲ ਚੀਜ਼ ਸੀ ਹਨਾ ਵੀ ਉਹ ਟਾਈਮ ਦੇ ਅਕੋਰਡਿੰਗ ਸਾਰੀਆਂ ਚੀਜ਼ਾਂ ਯਾਨੀ ਕਿ ਹੋਈਆਂ ਹਨਾ ਤੇ ਅੱਜ ਅਸੀਂ ਉਹ ਸਾਰੇ ਸੁਣਦੇ ਸੁਣਦੇ ਹਨਾ ਕੋਲੇ ਕੋਲੇ ਟਾਈਮ 'ਚ ਸੁਣਦੇ ਲੜਦੇ ਤੇ ਮੈਨੂੰ ਕਈ ਵਾਰੀ ਮੇਰੇ ਨਾਲ ਅਸੀਂ ਕੋਲੇਜ ਹੁੰਦੇ ਬਾਈ ਤੇ ਮੁੰਡੇ ਮੈਨੂੰ ਹੁਣ ਪੰਜਾਬੀ ਇੰਡਸਟਰੀ ਲੋਹਾ ਮਨਵਾਣਾ ਇਸ ਏਜ ਇਸ ਇਤਨੀ ਫੁਰਤੀ ਨਾਲ ਇੰਨੀ ਤੇਜ਼ੀ ਨਾਲ ਉਹਦੇ 'ਚ ਯੂ ਆਰ ਸੁਪਰ ਹੰਬਲ ਠੀਕ ਹੈ ਨਾ ਲਾਈਕ ਟੂ ਹੈਵ ਸੀਨ ਯੂ ਲਾਈਵ ਅ ਲੋਟ ਆਈ ਹੈਵ ਹੰਗ ਆਊਟ ਵਿਦ ਯੂ ਇਨ ਸਟੂਡੀਓ ਜੀ ਜੀ ਸੋ ਬਿਊਟੀਫੁਲ ਇੱਕ ਯੂ ਯੂ ਇੰਗਲਿਸ਼ ਚ ਇੱਕ ਵਰਡ ਹੈ ਵੈਲ ਵੈਦਰਡ ਸੋ ਯੂ ਟਰਨਿੰਗ ਇਨ ਟੂ ਅ ਵੈਲ ਜਿਹੜਾ ਜਹਾਜ਼ ਹੁੰਦਾ ਇਹ ਕੇਰੀ ਪਰ ਇਹ ਜੀ ਉਹ ਨੂੰ ਫਲਾਈ ਕਰ ਰਿਹਾ ਤੇ ਬਟ ਕਲਾਸ ਤੇ ਤੁਸੀਂ ਸ਼ਟ ਲੈ ਸਕਦੇ ਜੀ ਬਾਹਰ ਬੱਤ ਹੈ ਬਾਰਿਸ਼ ਪਲੇਨ ਨੂੰ